ਆ ਭਾਈ ਵੇ ਹਾਂ ਦੇਖ ਲਓ ਬਾਈ ਤੂੰ ਮੀਡੀਆ ਦਾ ਕਵਰ ਕਰ ਇੱਥੋਂ ਨਾ ਕਵਰ ਕਰ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਝੜਪਾਂ ਹੁੰਦੀਆਂ ਰਹੀਆਂ। ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇੱਥੇ ਜਿਹੜੇ ਹਾਲਾਤ ਨੇਗੇ, ਵੱਡੀ ਗਿਣਤੀ 'ਚ ਜਿਹੜੇ ਉੱਧਰੋਂ ਸੈਨਿਕ ਸੀਗੇ ਉਹ ਇੱਧਰ ਆਏ। ਕਿਸਾਨਾਂ ਦੇ ਟਰੈਕਟਰਾਂ ਦਾ ਜਿਹੜਾ ਨੁਕਸਾਨ ਹੈਗਾ ਉਹ ਕੀਤਾ ਗਿਆ ਹੈਗਾ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਹਾਲਾਤ ਨੇ ਜਿਹੜੇ ਉੱਥੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਕਿ ਵੱਡੇ ਵੱਡੇ ਜਿਹੜੇ ਟਰੈਕਟਰ ਸੀ ਕਿਸਾਨਾਂ ਦੇ ਉਹਨਾਂ ਨੂੰ ਬਿਲਕੁਲ ਤਬਾਹ ਕਰ ਦਿੱਤਾ ਹੈਗਾ, ਟਾਇਰ ਪਾੜ ਦਿੱਤੇ ਨੇਗੇ। ਤਾਂ ਕਿਸਾਨ ਸੀਗੇ ਜਿਹੜੇ ਉਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਬਾਰਡਰ ਜਿਹੜਾ ਕ੍ਰੋਸ ਕਰਨ ਦੀ ਜਿਹੜੀ ਅੱਜ ਕਾਲ ਦਿੱਤੀ ਹੋਈ ਸੀ ਕਿਸਾਨ ਜਥੇਬੰਦੀਆਂ ਦੇ ਵੱਲੋਂ, ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਟਰੈਕਟਰ ਨੇ ਉਹਨਾਂ ਨੂੰ ਬਿਲਕੁਲ ਤੋੜਿਆ ਗਿਆ ਹੈਗਾ। ਹਾਲਾਤ ਤੁਸੀਂ ਦੇਖ ਸਕਦੇ ਹੋਗੇ ਕਿ ਸਾਰੇ ਜਿਹੜੇ ਟਾਇਰ ਨੇਗੇ ਉਹ ਪੰਕਚਰ ਕਰ ਦਿੱਤੇ ਨੇ ਤਾਂ ਜੋ ਕਿਸਾਨ ਨੇ ਜਿਹੜੇ ਉਹ ਅੱਗੇ ਨਾ ਵੱਧ ਸਕਣ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਟੈਂਪੂ ਟਰੈਵਲਰ ਸੀ ਕਿਸਾਨਾਂ ਦੇ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਰਹਿਣ ਦਾ ਪ੍ਰਬੰਧ ਸੀਗਾ, ਤਾਂ ਟਰੈਕਟਰ ਦੇ ਜਿਹੜੇ ਟੈਂਕਰ ਨੇ ਡੀਜ਼ਲ ਟੈਂਕ ਉਹਨਾਂ 'ਚ ਕੈਮੀਕਲ ਪਾ ਦਿੱਤਾ ਗਿਆ। ਕਿਸਾਨ ਇੱਥੇ ਦੱਸ ਰਹੇ ਨੇਗੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਟਰੈਕਟਰ ਨੇ ਜਿਹੜੇ ਬੁਰੀ ਤਰ੍ਹਾਂ ਨੁਕਸਾਨੇ ਗਏ ਨੇਗੇ, ਹਰ ਟਰੈਕਟਰ ਹੈ ਜਿਹੜਾ ਉਸਦੇ ਟਾਇਰ ਫਾੜੇ ਗਏ ਨੇ। ਮੇਰਾ ਨਾਮ ਮਨਜੀਤ ਸਿੰਘ ਹੈ ਭਾਈ ਜੀ। ਹਾਲਾਤ ਬਹੁਤ ਬੇਕਾਰ ਹੈ, RSS ਲਾ ਲਓ, ਆਰਮੀ ਲਾ ਲਓ ਜਾਂ ਖੱਟਰ ਸਰਕਾਰ ਦੀ ਆਰਮੀ ਨੇ ਬਹੁਤ ਨੁਕਸਾਨ ਕੀਤਾ ਹੈ। ਪੰਜਾਬ ਦੇ ਨੌਜਵਾਨ ਬੈਠੇ ਸੀ, ਸ਼ਾਂਤੀਮਈ ਮਾਹੌਲ ਸੀਗਾ ਸਰ। ਇਹਨਾਂ ਨੇ ਬਹੁਤ ਘੱਟੋ ਘੱਟ ਇੱਥੋਂ 200-250 ਕਿਲੋਮੀਟਰ 100 ਮੀਟਰ ਦੇ ਉੱਪਰ ਪਿੱਛੇ ਜਾ ਕੇ ਖੋਲ ਖਾਲੀ ਕੀਤੇ ਆ, ਜੋ 12 ਬੋਰ ਦੇ ਆ ਬਾਈ ਜੀ। ਉੱਥੇ ਚੱਲ ਕੇ ਸਾਨੂੰ ਉੱਥੋਂ ਖੋਲ ਮਿਲਿਆ ਭਾਅ ਜੀ, ਸਾਨੂੰ 12 ਬੋਰ ਦੇ ਖੋਹ ਹੈ। ਬਹੁਤ ਪਿੱਛੇ ਜਾ ਕੇ ਗੋਲੀਆਂ ਚਲਾਈਆਂ ਨੇ, ਜਿਹਦੇ ਵਿੱਚ ਘੱਟੋ ਘੱਟ 3-4 ਮੈਂ ਕਹਿ ਸਕਦਾ ਵੀ ਮੁੰਡਿਆਂ ਦੀ ਡੈਥ ਹੋ ਚੁੱਕੀ ਹੈ ਸਰ ਜੀ। ਇੱਕ 13 ਤਰੀਕ ਤੋਂ ਬਾਈ ਜੀ ਉਰੀ ਖੜੀ ਸੀ, ਇੱਥੇ ਰੋਕ ਇਸ ਤੋਂ ਅੱਗੇ ਜਾ ਕੇ ਹਜੇ ਨੌਜਵਾਨ ਬੈਠ ਜਾਂਦੇ ਸੀ, ਪਰ ਕਿਸੇ ਨੇ ਕੋਈ ਖੁੱਲੜਬਾਜ਼ੀ ਨਹੀਂ ਕੀਤੀ ਹੈਗੀ। ਜੀ ਬਾਈ ਜੀ, ਤਕਰੀਬਨ ਜਦੋਂ ਅੱਥਰੂ ਚੱਲੇ ਆ ਅਸੀਂ ਥੋੜ੍ਹਾ ਜਿਹਾ ਪਿੱਛੇ ਸੀਗੇ, ਫਿਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਤਾਂ ਬਾਅਦ 'ਚ ਆਏ ਹਾਂ, ਪਰ 1 ਘੰਟਾ ਤਕਰੀਬਨ 1.25 ਘੰਟਾ ਉਰੇ ਪ੍ਰੋਸੈਸ ਚੱਲਦਾ ਰਿਹਾ। ਉਹਨਾਂ ਨੇ ਬਹੁਤ ਪਿੱਛੇ ਜਾ ਕੇ ਟਰੈਕਟਰਾਂ ਦਾ ਸਾਰਾ ਨੁਕਸਾਨ ਕਰ ਦਿੱਤਾ ਹੈ। ਟੈਂਕੀਆਂ ਦੇ ਵਿੱਚ ਖੰਡ ਤੋਂ ਨਮਕ ਵਿੱਚ ਸੁੱਟਿਆ ਗਿਆ ਸਾਰਾ ਸਮਾਨ ਵਿੱਚ। 2-4 ਮੁੰਡੇ ਦੱਸੇ ਜਾਂਦੇ ਨੇ ਵੀ ਇਹ ਚੁੱਕ ਕੇ ਵੀ ਜਾਏ ਗਏ ਨੇ। ਹਾਂਜੀ, ਘੱਟੋ ਘੱਟ ਬਾਈ ਜੀ 80-90 ਟਰੈਕਟਰਾਂ ਦਾ ਨੁਕਸਾਨ ਦੱਸਦੇ ਆ ਅਸੀਂ ਦੇਖਿਆ, ਸਾਰਾ ਕੁਛ ਬਹੁਤ ਨੁਕਸਾਨ। 3 ਮੁੰਡਿਆਂ ਦੀ ਲੱਤਾਂ ਵੀ ਟੁੱਟੀਆਂ ਨੇ, ਬੋਰੀਆਂ ਦੇ ਵਿੱਚ ਪਾ ਕੇ ਚੁੱਕ ਕੇ ਲਿਜਾਂਦੇ ਦੇਖਿਆ ਅਸੀਂ। ਫਿਰ ਇੱਥੇ ਬਾਅਦ 'ਚ ਉਦੋਂ ਬਾਅਦ ਸ਼੍ਰੀ ਰਾਮ ਦੇ ਜੈਕਾਰੇ ਵੀ ਲੱਗੇ ਗਏ ਨੇ, ਬਹੁਤ ਨੁਕਸਾਨ ਕੀਤਾ, ਬਹੁਤ ਜ਼ਿਆਦਾ ਨੁਕਸਾਨ। ਹੈਲੋ, ਸਾਡਾ ਨੁਕਸਾਨ ਜਿਹੜਾ ਵਾ ਅਸੀਂ ਸ਼ਾਂਤਮਈ ਦੇ ਨਾਲ ਬਿਲਕੁਲ ਇੱਥੇ ਬੈਠੇ ਆਪਣੀਆਂ ਟਰਾਲੀਆਂ ਦੇ ਵਿੱਚ, ਅਤੇ ਕੋਈ ਹੁੰਡਰਬਾਜ਼ ਜਿਹੜੇ ਨੇ, ਹੁੰਡਰਬਾਜ਼ਾਂ ਨੇ ਪਤਾ ਨਹੀਂ, ਅਸੀਂ ਤਾਂ ਉਹਨਾਂ ਨੂੰ ਕਹਿੰਦੇ ਵੀ RSS ਦੇ ਵਿੱਚ ਨਾ ਜਿਹੜੇ ਸਾਡੇ ਬੰਦੇ ਛੱਡੇ ਉਹਨਾਂ ਨੇ ਸਾਡਾ ਨੁਕਸਾਨ ਕਰਵਾਇਆ। ਸਾਡਾ ਘੱਟ ਤੋਂ ਘੱਟ ਵੀ ਇੱਥੇ 15-20 ਟਰੈਕਟਰ ਆ ਜਿਹੜੇ ਬਿਲਕੁਲ ਹੀ ਨੁਕਸਾਨ ਕਰ ਗਏ ਆ, ਜਿਨ੍ਹਾਂ ਦੇ ਉੱਤੇ 20-25-30 ਹਜ਼ਾਰ ਰੁਪਇਆ ਟਰੈਕ। ਉਰੇ ਤੁਸੀਂ ਕਿਸਾਨ ਉਰੇ ਖੜੇ ਸੀ ਤੁਸੀਂ ਉਰੇ, ਉਸ ਤੋਂ ਬਾਅਦ ਫਿਰ ਉਹ ਉੱਧਰ ਦਾ ਜਿਹੜੀ ਪੁਲਿਸ ਸੀ ਉਹ ਇੱਧਰ ਆ ਕੇ ਗਏ? ਉਹ ਬਿਲਕੁਲ ਜਿਹੜੀ ਪੁਲਿਸ ਉਹ ਇੱਧਰ ਆ ਕੇ ਆਪ ਨੁਕਸਾਨ ਕਰਕੇ ਗਈ ਆ ਜੀ। ਸਾਡਾ ਕੋਈ ਕਿਸਾਨ ਇੱਥੋਂ ਉੱਠ ਕੇ ਨਹੀਂ ਗਿਆ, ਅਸੀਂ ਆਪੋ ਆਪਣੀਆਂ ਟਰਾਲੀਆਂ ਦੇ ਵਿੱਚ ਸਾਰੇ ਜਿੰਨੇ ਕਿਸਾਨ ਆ ਸਾਰੇ ਬੈਠੇ ਆ ਜੀ। ਸਾਡੀਆਂ ਆਪਣੀਆਂ ਮੀਟਿੰਗਾਂ ਚੱਲਣ ਡੀਆਂ ਨੇ, ਬਿਲਕੁਲ ਅਸੀਂ ਸ਼ਾਂਤਮਈ ਦੇ ਨਾਲ। ਇਹਨੂੰ ਇੱਕ ਘੰਟਾ ਕੁ ਹੋਇਆ ਜੀ, ਅਜੇ 1 ਘੰਟਾ ਹੋ ਗਿਆ।